ਸੀਗਾ ਇਹ ਮਸਲਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਜਥੇਬੰਦੀ ਅਧੀਨ ਆਉਂਦਾ। ਹੁਣ ਇਹ ਜਥੇਬੰਦੀ ਇੱਕ ਅਜਿਹੀ ਜਥੇਬੰਦੀ ਹੈ ਜਿਹੜੀ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣ ਕੇ ਹੱਕ ਤੇ ਸੱਚ ਤੇ ਲੜਨ ਵਾਲੀ ਆ। ਔਰ ਇਹਨਾਂ ਨੇ ਪਹਿਲਾਂ ਇਹਦੀ ਵੀ ਗੱਲ ਸੁਣੀ, ਵਿਰੋਧੀ ਪਾਰਟੀ ਦੀ ਵੀ ਸੁਣੀ, ਸਾਰਾ ਮਸਲਾ ਜਿਹੜਾ ਖੋਕ ਪੜਤਾਲ ਕਰਕੇ ਤੇ ਜਿਹੜਾ ਵਾ ਇਹਦਾ ਬੱਚੇ ਦਾ ਗੁੱਟ ਫੜਿਆ। ਹੁਣ ਜਦੋਂ ਅਸੀਂ ਪ੍ਰਸ਼ਾਸਨ ਤੋਂ ਟਾਈਮ ਲਿਆ ਸੀਗਾ ਵੀ ਜਿਹੜਾ ਵਾ 21 ਤਰੀਕ ਤੱਕ ਜਿਹੜੀ ਉਹਦੀ ਕਣਕ ਵੱਢੀ ਜਾਏ, ਨਹੀਂ ਤਾਂ ਅਸੀਂ ਜਿਹੜਾ ਵਾ ਜਥੇਬੰਦੀ ਆਪ ਕਣਕ ਵਢਾਏਗੀ, ਪਰ ਹੋਇਆ ਕਿ 21 ਤੋਂ ਪਹਿਲਾਂ ਹੀ 2 ਦਿਨ 19 ਨੂੰ ਇਹਨੂੰ ਬੱਚੇ ਨੂੰ, ਹਾਲਾਂਕਿ 17 ਸਾਲ ਦਾ ਆ, ਇਹਦਾ ਪਰਚਾ ਬਣਦਾ ਨਹੀਂ, ਇਹਨੂੰ ਜਬਰੀ ਜਿਹੜਾ ਚੱਕ ਕੇ ਖੜਿਆ ਉਹਨਾਂ ਨੇ, ਵਿਰੋਧੀ ਪਾਰਟੀ ਨੇ ਚੁਕਾਇਆ, ਇਹਦੇ 'ਤੇ ਪਰਚਾ ਕੀਤਾ ਗਿਆ। ਔਰ ਅਸੀਂ ਜਥੇਬੰਦੀ ਨੇ 2 ਦਿਨ ਮਜੀਠਾ ਥਾਣਾ ਮੋੜੇ ਧਰਨਾ ਵੀ ਲਗਾਇਆ। ਅੱਜ ਵੀਰ ਜੀ ਜਿਹੜੀ ਸੀਗੀ ਨਾ ਕਣਕ, ਸਾਰੀ ਕਾਗਜ਼ੀ ਕਾਰਵਾਈ ਓਕੇ ਹੋ ਗਈ, ਉਸ ਤੋਂ ਬਾਅਦ ਕਣਕ ਵੱਢਣੀ ਸੀ। ਕਣਕ ਵੱਢਣ ਵਾਸਤੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਜਥੇਬੰਦੀ ਸਾਡੀ ਹਮਾਇਤ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਜਥੇਬੰਦੀ ਇਹ ਜਿਹੜੇ ਸੀਗੇ ਆਏ ਸੀਗੇ ਕਣਕ ਵੱਢਣ ਵਾਸਤੇ, ਔਰ ਉੱਥੇ ਕਿਸੇ ਪ੍ਰਕਾਰ ਦੀ ਕੋਈ ਹੁੱਲੜਬਾਜ਼ੀ ਨਹੀਂ ਹੋਈ। ਮੈਂ ਉਸ ਟਾਈਮ ਮੌਕੇ 'ਤੇ ਸੀਗੀ ਗਵਾਹ। ਇਹ ਤਾਂ ਵੀਰ ਜੀ ਉਹ ਕੁਝ ਵੀ ਕਹਿ ਸਕਦੇ ਆ, ਵਿਰੋਧੀ ਪਾਰਟੀਆਂ ਕਰਦੀਆਂ ਹੁੰਦੀਆਂ, ਬਟ ਮੈਂ ਉੱਥੇ ਮੌਕੇ ਦੀ ਗਵਾਹ ਆ। 3 ਬੀਬੀਆਂ ਉਹਨਾਂ ਵੱਲੋਂ ਸੀਗੀ ਤੇ ਮੈਂ ਇਕੱਲੀ ਸੀਗੀ, ਔਰ ਮੈਂ ਉਹਨਾਂ ਖੁਦ ਬੀਬੀਆਂ ਨੂੰ ਸਾਈਡ ਤੇ ਕੀਤਾ। ਮੇਰੇ ਨਾਲ ਘੱਟੋ ਘੱਟ ਜਿੰਨੇ ਮੇਰੇ ਵੀਰ ਸੀਗੇ, ਮੇਰੇ ਸਤਿਕਾਰਯੋਗ ਬਜ਼ੁਰਗ ਸੀਗੇ, ਕੋਈ ਅੱਗੇ ਨਹੀਂ ਆਇਆ, ਨਾ ਹੀ ਇਹਨਾਂ ਨੂੰ ਆਉਣ ਦਿੱਤਾ। ਇੱਕਦਮ ਇਹ ਜਾਪਦੇ ਸੀ, ਕਿਉਂਕਿ ਜਥੇਬੰਦੀ ਹੈਗੀ ਸਾਡੀ ਉਗਰਾਹਾਂ ਇਸ ਤਰ੍ਹਾਂ ਦੀ ਹੈ ਕਿ ਇਹ ਕੋਈ ਹੁੱਲੜਬਾਜ਼ੀ ਨਹੀਂ, ਜਾਪਦੇ 'ਚ ਰਹਿੰਦੀ ਆ। ਏਕਾ ਅਸੀਂ ਬਣਾ ਕੇ ਰੱਖਿਆ ਸੀਗਾ, ਇਹ ਸਾਰੇ ਸਾਈਡ 'ਤੇ ਸੀ, ਅਸੀਂ ਉਹਨਾਂ ਨੂੰ ਭੈਣਾਂ ਨੂੰ ਸਾਈਡ 'ਤੇ ਕੀਤਾ ਬੇਨਤੀ ਕਰਕੇ, ਅਤੇ ਜਿਹੜਾ ਆਪਣਾ ਕੰਮ ਕੀਤਾ ਅਤੇ ਆ ਗਏ। ਕਿਸੇ ਦੇ ਕੋਈ ਕੱਪੜੇ ਨਹੀਂ ਪਾੜੇ, ਉਹਨਾਂ ਨੇ ਖੁਦ ਆਪਦੇ ਕੱਪੜੇ ਆਪ ਪਾੜੇ ਆ। ਜੇ ਉਹ ਇੱਕ ਵੀ ਪ੍ਰੂਫ ਇਹ ਸਾਬਿਤ ਕਰ ਸਕਦੇ ਆ ਕਿ ਸਾਡੇ ਇਹਨਾਂ ਨੇ ਕੱਪੜੇ ਪਾੜੇ ਆ, ਤਾਂ ਅਸੀਂ ਜਵਾਬ ਦੇ ਆ। ਮਸਲਾ ਕੁਛ ਵੀ ਨਹੀਂ ਜੀ, ਮਸਲਾ ਜਿਹੜਾ ਵਾ ਕੋਰਟ ਦੇ ਵਿੱਚ ਮੈਟਰ ਚੱਲਣ ਡਿਆ, ਇਹਦਾ ਕੋਰਟ ਮੈਟਰ ਆ। ਅਸੀਂ ਵੀ ਜਥੇਬੰਦੀ ਇਹਨਾਂ ਦੀ ਜਿੱਦਾਂ ਥਾਣੇ ਅੱਗੇ ਧਰਨਾ ਲਾਇਆ ਸੀ, ਉੱਧਰ ਮੈਂ ਜਾ ਖੁਦ ਗਿਆ ਨਾ ਅੱਗੇ ਵੀ ਆਪਾਂ ਜਥੇਬੰਦੀਆਂ ਟਕਰਾਅ ਆਉਣਾ ਵਾ, ਇਹਨੂੰ ਆਪਾਂ ਬੈਠ ਕੇ ਹੱਲ ਕਰ ਲਈਏ। ਸਾਡੀ ਉਹਨੇ ਇੱਕ ਨਹੀਂ ਸੁਣੀ, ਫਿਰ 3 ਫੈਸਲੇ ਹੋਏ ਆ, 3 ਫੈਸਲਿਆਂ ਦੇ ਉੱਤੇ ਉਹ ਨਹੀਂ ਰਹੇ। 4ਥਾ ਬਾਅਦ ਦੇ ਵਿੱਚ ਕੱਲ੍ਹ ਜਦੋਂ SDM ਸਾਹਿਬ ਨੇ ਇੱਥੇ ਸਾਨੂੰ ਸੱਦਿਆ ਵਾ, ਅਸੀਂ ਆਪੇ ਜਲਾਲਪੁਰੇ ਗਏ, SDM ਸਾਹਿਬ ਨੇ ਸੱਦ ਲਿਆ ਵੀ ਚਲੋ ਆਓ ਤੁਹਾਨੂੰ ਬਹਾ ਕੇ ਦੋਵਾਂ ਤਰ੍ਹਾਂ ਨੂੰ ਤਾਂ ਰਾਜ਼ੀਨਾਮਾ ਕਰਾ ਦਈਏ। ਸਾਨੂੰ SDM ਸਾਹਿਬ ਨੇ ਇੱਥੇ ਬਹਾ ਛੱਡਿਆ ਵਾ, ਅਤੇ ਬਾਅਦ ਦੇ ਵਿੱਚ ਇੱਥੋਂ ਜਾਣ ਤੋਂ ਬਾਅਦ 145 ਲੱਗੀ ਹੋਈ ਹੈ ਜੋ ਜ਼ਮੀਨ ਦੇ ਉੱਤੇ, 145 ਦੇ ਆਰਡਰ ਸਾਡੇ ਕੋਲ ਪਏ ਆ। 145 ਲੱਗਣ ਦੇ ਬਾਅਦ ਇੱਥੋਂ ਜਾ ਕੇ ਉਹਨਾਂ ਕਣਕ ਵਢਾ ਦਿੱਤੀ ਹੈ। ਅਸੀਂ ਪ੍ਰਸ਼ਾਸਨ ਇਹ ਅਪੀਲ ਕਰਦੇ ਹਾਂ ਕਿ ਕੋਰਟ ਮੈਟਰ ਆ, ਜਿਹਨੂੰ ਮਰਜ਼ੀ ਪੈਲੀ ਦੇ ਦੇ, ਸਾਨੂੰ ਕੋਈ ਇਤਰਾਜ਼ ਨਹੀਂ, ਜੱਜ ਦੇ ਬਹਿਸ ਕਰਕੇ ਜੋ ਵੀ ਬਹਿਸ ਚੱਲੇ ਕੋਰਟ ਫੈਸਲਾ ਸੁਣਾ ਦੇ, ਉਹਦਾ ਸਾਨੂੰ ਕੋਈ ਮਤਲਬ ਨਹੀਂ। ਜੋ 145 ਲੱਗਣ ਦੇ ਹੋਣ ਦੇ ਬਾਵਜੂਦ ਵੀ ਕੱਲ੍ਹ ਕਣਕ ਵੱਢੀ ਗਈ ਆ, ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਜੋ ਇੱਕ ਮਾਤਾ ਸਾਡੀ ਦੇ ਬਜ਼ੁਰਗ ਦੇ ਵਿੱਚ ਨੂੰ ਖਿੱਚਾ ਧੋਈ ਕਰਕੇ ਉਹਦੇ ਕੱਪੜੇ ਪਾੜੇ ਗਏ ਆ, ਸਭ ਕੀਤਾ ਗਿਆ, ਉਹਦੇ ਜਿਹੜੇ ਕੱਪੜੇ ਦੇ ਉੱਤੇ ਜੋ ਧਾਰਾ ਲੱਗਦੀ ਉਹ ਲਾਈ ਜਾਵੇ। ਦੂਸਰਾ, ਜੋ ਮਸ਼ੀਨ ਕੰਪੈਨ ਉੱਥੇ ਲੱਗੀ ਆ, ਟਰੈਕਟਰ ਉੱਥੇ ਲੱਗਾ, ਉਹਨਾਂ ਨੂੰ ਲਿਆ ਕੇ ਉਹਨਾਂ ਉੱਤੇ ਕਾਰਵਾਈ ਕਰਕੇ ਪਰਚਾ ਕੀਤਾ ਜਾਵੇ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਧਰਨਾ ਇਹਨਾਂ ਨੇ ਕੱਲ੍ਹ ਦਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਲਾਇਆ ਗਿਆ, ਉਹ ਇਹੀ ਆ ਵੀ 145 ਦੇ ਦੌਰਾਨ ਜਿਹੜਾ ਉਹ ਕਣਕ ਵੱਢੀ ਗਈ ਆ, ਉਹਦੇ ਸੰਬੰਧ 'ਚ ਜਿਹੜੀ ਉਹ ਅਸੀਂ ਰਿਸੀਵਰ ਕੋਲੋਂ ਰਿਪੋਰਟ ਲਈ ਹੈ ਅਤੇ ਹੋਰ ਵੀ ਲੈ ਰਹੇ ਹਾਂ। ਦੂਜੀ ਗੱਲ, ਜੋ ਵੀ ਇਹਨਾਂ ਦੀਆਂ ਮੰਗਾਂ ਡਿਮਾਂਡ ਸੀਗੇ, ਇਹਨਾਂ ਨੇ ਐਪਲੀਕੇਸ਼ਨ ਸਾਨੂੰ ਕੱਲ੍ਹ ਦਿੱਤੀ ਸੀਗੀ, ਉਹ ਅਸੀਂ ਜਿਹੜੀ ਆ ਕਾਨੂੰਨੀ ਕਾਰਵਾਈ ਦੀ, ਨਿਯਮਾਂ ਅਨੁਸਾਰ ਕਾਰਵਾਈ ਦੀ SDM ਸਾਹਿਬ ਵੱਲੋਂ ਜਿਹੜੀ ਆ ਉਹ SDM ਸਾਹਿਬ ਇਹਨਾਂ ਨੂੰ SHO ਸਾਹਿਬਾਨ ਨੂੰ ਜਿਹੜੀ ਉਹ ਭੇਜ ਦਿੱਤੀ ਗਈ ਆ। ਉਹ ਇਹਨਾਂ ਨੇ ਹੁਣ ਪੁਲਿਸ ਨੇ ਵੈਰੀਫਾਈ ਕਰਨਾ ਜੋ ਵੀ ਮੌਕੇ ਦੇ ਹਾਲਾਤ ਆ, ਉਹਨਾਂ ਨੂੰ ਵੈਰੀਫਾਈ ਕਰਕੇ ਜੋ ਵੀ ਕਾਰਵਾਈ ਉਹ SHO ਸਾਹਿਬ ਵੱਲੋਂ ਕੀਤੀ ਜਾਣੀ।